जी मनु ने प्रचार किए वो अधीन उन्होंने मनुखता को कट के उन्होंने एक बहुत वड्डा और जुल्म अत्याचार शुरू किया कि किसी शूद्र को संस्कृत पढ़ाना भी एक ब्राह्मण का बहुत वड्डा एक माड़ा काम होगा। उत्थे अपने आप को कहते कहाते अपने उच्च जाति के पंडित सीगे उन्होंने उत्ते पिया कि वह भी भगत रविदास महाराज के चरणों से आके उन्होंने नमस्कार करते रहे। जिथे छेवें पातशाह ने मीरी पीरी का हुक्म सानू बख्शिया उन्होंने फिर अपनी संगत को कहा कि जे थानू मुगल हुकूमत घोड़िया ते नहीं चढ़न दिंदी तुसी मेरे अकाल तख्त ते घोड़िया ते चढ़ के आना है। अरदासां ते असीं लेहड़ियां कढ़दे हां कि साडे विशियां गुरधामां दे थले दर्शन दीदार होण पर असीं तां उत्थों उजड़ के आ गए हुण असीं उधर नूं देखदे हां पर ओह खराब इह देश सानूं नहीं खराब दे रिहा हैगा। जब 1984 च खुल देती कि सिखां नूं वड्डो मारो उस समय मावां ने जाके अपने पुतों के केस वढ़ के कतल करके उन्होंने कहा कि भाई तू अपने आप को सिख ना कहीं होर जो मर्जी तू कह लै ਤੁਹਾਡਾ ਐਸ ਜੀ ਪੀ ਸੀ ਦਾ ਨੁਮਾਇੰਦਾ ਮਰ ਜਾਏ ਤਾਂ ਮਰਿਆ ਹੋਇਆ ਰਹਿੰਦਾ ਹੈ ਤੁਹਾਡੇ ਗੁਰੂ ਘਰ ਦੇ ਵਿੱਚ ਉਹਦੀ ਨੁਮਾਇੰਦਗੀ ਖਾਨਾ ਪੂਰਤੀ ਕੋਈ ਨਹੀਂ ਕਰਾਉਂਦਾ ਹੈਗਾ ਚੋਣੀ ਨਹੀਂ ਕਰਾਉਂਦੇ ਹੈਗੇ। ਤੁਸੀਂ ਈਸਾਈਆਂ ਦਾ ਚੈਨਲ ਦੇਖ ਲਓਗੇ ਹਿੰਦੂ ਭਰਾਵਾਂ ਦਾ ਚੈਨਲ ਦੇਖ ਲਓਗੇ ਪਰ ਐਸ ਜੀ ਪੀ ਸੀ ਕੋਲੇ ਕੋਈ ਚੈਨਲ ਨਹੀਂ ਕਿਉਂਕਿ ਪੀ ਟੀ ਸੀ ਚੈਨਲ ਉਹਦੇ ਉੱਤੇ ਕਾਬਜ਼ ਹੈ। ਉਹੀ ਗਾਇਕ ਦੀ ਰੂਹ ਇਹ ਡੀ ਜੀ ਪੀ ਸੁਮੇਧ ਸੈਣੀ ਆ ਉਮਰਾ ਨੰਗਲ ਉਹ ਉੱਥੇ ਜਾ ਜਿਹੜਾ ਐਸ ਪੀ ਸੀਗਾ ਹੋਮ ਮਿਨਿਸਟਰ ਚੀਫ ਮਿਨਿਸਟਰ ਨੇ ਗੋਲੀਆਂ ਮਾਰਨ ਦਾ ਉਹਨਾਂ ਨੂੰ ਹੁਕਮ ਦਿੱਤਾ। 328 ਸਰੂਪ ਉਸ ਸਮੇਂ ਪਤਾ ਲੱਗਿਆ ਜਦ ਅੱਗ ਲੱਗੀ ਇਹਨਾਂ ਨੇ ਖੁਰਦ ਬੁਰਦ ਕਰਕੇ। ਹੁਣ ਪੌਣੇ 12 ਵਜੇ ਸ਼ੁਰੂ ਕਰਨ ਜਾ ਰਹੇ ਹਾਂ ਆਪਣਾ ਪ੍ਰੋਗਰਾਮ ਜਿਹਦੇ ਵਿੱਚ ਵੱਖ ਵੱਖ ਬੁਲਾਰਿਆਂ ਨੇ अपने ज्ञानी दित सिंह सिंह सभा लैर मौजूदा हालात एस जी पी सी दे उहदे बारे कोई सैमिनार दे विच अपनियां टिप्पणियां करनियां। सो स्टेज तों तोड़ते हुए मेरा ख्याल पहला आपां ज्ञानी जी बारे थोड़े जे आपस च वचन साझे कर लैंदे हां जिन्हों का जन्म पिंड कलौड़ च होया सीगा। उन्हां दे पिता जी ने उन्हां नूं अपना ज्ञान दिता सीगा और अगे जाके गुलाबदासी जिहड़े परंपरा ते संस्था सी उहदे विच वेदां दा ज्ञान उहदे विच गुरसिखी दा ज्ञान गुरमुखी दा ज्ञान होर लेखां दा ज्ञान उन्हां ने प्राप्त करके अपना पहला आर्य समाज के नाल उन्होंने संबंध रखिया। उस समय के विच आर्य समाज ने सिख संस्थावां दे नाल मिलके जिहड़ी धर्म तब्दीली होई सी उहदे बारे बहुत चर्चा कीती। जद धर्म तब्दीली ईसाई धर्म वल जिहड़ा बरतानिया उरे हावी सी उन्हां दे प्रचारकां राहीं वधदा गया ਇਹ ਆਰਿਆ ਸਮਾਜ ਅਤੇ ਸਿੱਖ ਸੋਚ ਉਹਦੇ ਬਰਖਿਲਾਫ ਹੋਈ ਪਰ ਜਿਉਂ ਜਿਉਂ ਆਪਸ 'ਚ ਮੇਲ ਵਧਿਆ ਜਿਹੜੀ ਮੁੱਢਲੀ ਸੋਚ ਆਰਿਆ ਸਮਾਜ ਦੀ ਸੀ ਜਿਹੜੀ ਕਹਿੰਦੀ ਸੀ ਕਿ ਬੈਕ ਟੂ ਦਾ ਵੇਦਾਸ ਔਰ ਚਾਹੁੰਦੀ ਸੀ ਕਿ ਵੇਦਾਂ ਦੀ ਜਿਹੜੀ ਸੁਪਰਨਸੀ ਹੈ ਉਹ ਹਰੇਕ ਦੇ ਉੱਤੇ ਰਹੇ ਇਸ ਹੱਦ ਤੱਕ ਕਿ ਵੀ ਉਹਨਾਂ ਦੀ ਸ਼ਤਾਬਦੀ ਕਈ ਵਾਰੀ ਗੁਰੂ ਨਾਨਕ ਸਾਹਿਬ ਬਾਰੇ ਵੀ ਮਾੜੀ ਹੁੰਦੀ ਸੀ। ਇਹ ਸੋਚ ਨੂੰ ਦੇਖਦੇ ਹੋਏ ਸਮਝਦੇ ਹੋਏ ਗਿਆਨੀ ਜੀ ਦੇ ਮਨ ਦੇ ਵਿੱਚ ਇਸ ਸੋਚ ਦੇ ਬਰਖਿਲਾਫ ਇੱਕ ਵਲਗਾ ਉੱਠਿਆ ਜਿਸ ਅਧੀਨ ਗਿਆਨੀ ਦਿੱਤ ਸਿੰਘ ਨੇ ਦਯਾਨੰਦ ਦੇ ਨਾਲ ਬਹਿਸ ਕਰਨ ਵਾਸਤੇ ਆਪਣਾ ਮਨ ਬਣਾਇਆ ਜਿਸ ਵਿੱਚ ਜਿਹੜੀਆਂ ਪੜ੍ਹਤਾਂ ਵੇਦਾਂ ਰਾਹੀਂ ਸੀ
और जिहड़ी बहुत सौखे तरीके नाल कहिंदे सी कि वेदा दे विच मनुस्मृति नहीं है, उन्होंने दयानंद नूं उस बारे ज्ञान दिता कि जिहड़ा जात पात का फर्क है वह उस धर्म दे विचों मनु की सोच उस नूं लैंदी होए ਇਹ ਜਿਹੜਾ ਇਸ ਧਰਤੀ ਦੇ ਉੱਤੇ ਐਡਾ ਵੱਡਾ ਉਹਨਾਂ ਨੇ ਮਨੁੱਖਤਾ ਦੇ ਘਾਣ ਕੀਤੇ ਆ ਉਹ ਵਾਕਈ ਹੀ ਉਸ ਮਨੁੱਖਤਾ ਦੇ ਬਰਖਿਲਾਫ ਸੋਚ ਤੁਰਦੀ ਆ ਰਹੀ ਹੈ ਔਰ ਇਸ ਕਰਕੇ ਉਹਨਾਂ ਨੇ ਇਸ ਚੀਜ਼ ਦਾ ਵਿਰੋਧ ਕੀਤਾ ਅਤੇ ਜੇ ਆਪਾਂ ਦੇਖੀਏ ਜਿੱਥੇ ਆਪਣੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਚੱਲਦੀ ਹੈ ਉਹਨਾਂ ਦੀ ਜਿਹੜੀ ਸੋਚ ਹੈ ਉਹ ਸ਼ੁਰੂ ਹੀ ਉੱਥੇ ਹੁੰਦੀ ਹੈ ਜਿੱਥੇ ਜੋ ਮਨੋ ਦੇ ਵਿਤਕਰੇ ਅਤੇ ਅਧੀਨ ਸਾਡੇ ਉੱਤੇ ਬਹੁਤ ਸਾਰੀਆਂ ਜ਼ੁਲਮ ਕੀਤੇ ਗਏ ਹੈ ਸਾਡੇ ਭਗਤਾਂ ਨੇ ਉਹਦੇ ਬਰਖਿਲਾਫ ਲੜਾਈ ਲੜੀ ਜਿੱਥੇ ਮਨੋ ਕਹਿੰਦਾ ਸੀਗਾ ਕਿ ਵੇਦ ਸਭ ਕੁਛ ਹਨ ਔਰ ਜਿਹੜਾ ਆਪਣੇ ਵੱਖਰੇ ਵੱਖਰੇ ਵਰਨ ਹੈਗੇ ਹੈ ਉਹਨਾਂ ਦਾ ਆਪਣਾ ਆਪਣਾ ਰੋਲ ਹੈ ਜਿਹਦੇ ਵਿੱਚ ਸ਼ੂਦਰ ਨੂੰ ਕਿਸੇ ਵੀ ਹਾਲਾਤ 'ਚ ਉਹ ਵੇਦਾਂ ਦਾ ਗਿਆਨ ਨਹੀਂ ਪ੍ਰਾਪਤ ਹੋ ਸਕਦਾ ਇਸ ਹੱਦ ਤੱਕ ਵੀ ਕਿ ਕਿਸੇ ਸ਼ੂਦਰ ਨੂੰ ਸੰਸਕ੍ਰਿਤ ਪੜ੍ਹਾਉਣਾ ਵੀ ਇੱਕ ਬਾਹਮਣ ਦਾ ਬਹੁਤ ਵੱਡਾ ਇੱਕ ਮਾੜਾ ਕੰਮ ਹੋਊਗਾ ਸ਼ੂਦਰਾਂ ਦੇ ਬਰਖਿਲਾਫ ਜਿਹੜੀ ਮਨੂ ਨੇ ਪ੍ਰਚਾਰ ਕੀਤੇ ਉਹਦੇ ਅਧੀਨ ਉਹਨਾਂ ਨੂੰ ਮਨੁੱਖਤਾ ਤੋਂ ਕੱਢ ਕੇ ਉਹਨਾਂ ਨੇ ਇੱਕ ਬਹੁਤ ਵੱਡਾ ਉਹਦੇ ਜ਼ੁਲਮ ਅਤੇ ਅੱਤਿਆਚਾਰ ਸ਼ੁਰੂ ਕੀਤਾ ਅਤੇ ਜਿਹੜੀ ਸਭ ਤੋਂ ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੇਖ ਬਾਬਾ ਫਰੀਦ ਜੀ ਦੀ ਹੈ ਉਹ ਵੀ ਤੁਸੀਂ ਦੇਖੋ ਇਸ ਨੂੰ ਸਿਆਣਦੇ ਹੋਏ ਉਹਨਾਂ ਨੇ ਆਪਣਾ ਪ੍ਰਚਾਰ ਮਨੁੱਖਤਾ ਨੂੰ ਰੱਬ ਜੋੜਨ ਨਾਲ ਉਹਨਾਂ ਨੇ ਜਦ ਕੀਤਾ ਕਿ ਇੱਕੋ ਰੱਬ ਮਨੁੱਖ ਉਹਦੇ ਇੱਕੋ ਦਾਇਰੇ 'ਚ ਖੜ੍ਹੇ ਹੈ ਉਹਨਾਂ ਨੇ ਆਪਣੀ ਬਾਣੀ ਪੰਜਾਬੀ 'ਚ ਸਭ ਤੋਂ ਪਹਿਲੇ ਪੰਜਾਬੀ ਦੇ ਲਿਖਾਰੀ ਪ੍ਰਮੰਨਤ ਸ਼ੇਖ ਬਾਬਾ ਫਰੀਦ ਜੀ ਨੇ ਇਸ ਸਾਡੀ ਜ਼ੁਬਾਨ ਨੂੰ ਮਾਨਤਾ ਦਿੱਤੀ ਅਤੇ ਜਦ 15ਵੀਂ 16ਵੀਂ ਸਦੀ ਦੇ ਵਿੱਚ ਸਾਡੇ ਭਗਤ ਰਵਿਦਾਸ ਮਹਾਰਾਜ ਭਗਤ ਕਬੀਰ ਜੀ ਬੋਲੇ ਉਹਨਾਂ ਨੇ ਵੀ ਆਪਣੇ ਜਿਹੜੇ ਇਲਾਕੇ ਦੀ ਬੋਲੀ ਸੀ ਉਹਦੇ ਵਿੱਚ ਆਪਣੀ ਸ਼ਬਦਾਵਲੀ ਆਪਣੇ ਬਚਨ ਕੀਤੇ ਅਤੇ ਜਿੱਥੇ ਭਗਤ ਰਵਿਦਾਸ ਜੀ ਆਪ ਤੇ ਆਪ ਨੂੰ ਚਮਿਆਰ ਆਖ ਕੇ ਜਾਤ ਪਾਤ ਨੂੰ ਕਬੂਲ ਕਰਦਿਆਂ ਹੋਇਆਂ ਸਾਨੂੰ ਰੱਬ ਨਾਲ ਜੋੜਦੇ ਸੀ ਉਹਨਾਂ ਦੇ ਵਚਨ ਸਾਨੂੰ ਦਿਖਾਉਂਦੇ ਸੀ ਕਿ ਜੇ ਅਸੀਂ ਰੱਬ ਦੇ ਬੰਦੇ ਸਭ ਹੈ ਤਾਂ ਫਿਰ ਜਾਤ ਪਾਤ ਦਾ ਕੋਈ ਮਹਿਣਾ ਨਹੀਂ ਹੈਗਾ ਔਰ ਭਗਤ ਰਵਿਦਾਸ ਮਹਾਰਾਜ ਦਾ ਇੰਨਾ ਤਗੜਾ ਪ੍ਰਚਾਰ ਸੀ ਉਸ ਸਮੇਂ ਦੇ ਵਿੱਚ ਕਿ ਭਗਤ ਜੀ ਦੇ ਆਲੇ ਦੁਆਲੇ ਸੰਗਤਾਂ ਡੱਟ ਕੇ ਖੜ੍ਹੀਆਂ ਔਰ ਇਹ ਸੰਗਤਾਂ ਦਾ ਇੰਨਾ ਪ੍ਰਭਾਵ ਉਸ ਸਮੇਂ ਦੇ ਵਿੱਚ ਜਿਹੜੀ ਉੱਥੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਆਪਣੇ ਉੱਚ ਜਾਤੀ ਦੇ ਪੰਡਿਤ ਸੀਗੇ ਉਹਨਾਂ ਦੇ ਉੱਤੇ ਪਿਆ ਕਿ ਉਹ ਵੀ ਭਗਤ ਰਵਿਦਾਸ ਮਹਾਰਾਜ ਦੇ ਚਰਨਾਂ 'ਚ ਆ ਕੇ ਉਹਨਾਂ ਨੂੰ ਨਮਸਕਾਰ ਕਰਦੇ ਰਹੇ ਔਰ ਇਹ ਜਿਹੜੀ ਸੰਗਤ ਔਰ ਭਗਤ ਰਵਿਦਾਸ ਦੀ ਆਜ਼ਾਦ ਸੋਚ ਜਿਹੜੀ ਮਨੁੱਖਤਾ ਨੂੰ ਪੈਰਾਂ 'ਤੇ ਖੜਾ ਕਰਕੇ ਬਿਨਾਂ ਕਿਸੇ ਵਿਤਕਰੇ ਤੋਂ ਰੱਬ ਨਾਲ ਜੋੜਦੀ ਸੀ ਇਹ ਅੱਗੇ ਜਿੱਥੇ ਭਗਤ ਕਬੀਰ ਸਾਹਿਬ ਮਹਾਰਾਜ ਨੇ ਸਾਨੂੰ ਬਖਸ਼ੀ ਉੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਨੂੰ ਛੋਟੀ ਉਮਰ ਤੋਂ ਅਪਣਾ ਲਿਆ ਜਿਹੜਾ ਜਨੇਊ ਪਹਿਨ ਤੋਂ ਮਨਾ ਕੀਤਾ ਬਿਨਾਂ ਜਨੇਊ ਤੋਂ ਤੁਸੀਂ ਆਪ ਸੋਚੋ ਅੱਜ ਤੁਸੀਂ ਆਪਦੇ ਘਰ 'ਚ ਖੜ੍ਹੇ ਹੋ ਉਸ ਉਮਰ 'ਚ ਛੋਟੀ ਉਮਰ 'ਚ ਜਦ ਜਨੇਊ ਪਈਦਾ ਅਤੇ ਤੁਹਾਡੇ ਮਾਪੇ ਤੁਹਾਨੂੰ ਕਹਿਣ ਕਿ ਨਾਨਕਾ ਤੂੰ ਪਾ ਆਪਦਾ ਜਨੇਊ ਪੰਡਿਤ ਉੱਥੇ ਖੜ੍ਹਾ ਹੋਏ ਉੱਥੇ ਡੱਟ ਕੇ ਕਹਿਣਾ ਕਿ ਮੈਂ ਨਹੀਂ ਪਾਉਣਾ ਹੈਗਾ ਕਿੱਡੇ ਸਖ਼ਤ ਸੁਭਾਅ ਦੀ ਉਹਨਾਂ ਦੀ ਸੋਚ ਹੋਣੀ ਹੈ ਕਿੰਨੀ ਉਹਨਾਂ ਦੀ ਪ੍ਰਾਪਤੀ ਹੋਣੀ ਹੈ ਜਿਹੜਾ ਉਹਨਾਂ ਨੇ ਉਸ ਸਮੇਂ ਦੇ ਵਿੱਚ ਇਸ ਨੂੰ ਮਨ੍ਹਾ ਕਰਦੇ ਹੋਏ ਇੱਕ ਵੱਖਰਾ ਰਾਹ ਤੋਰਿਆ ਸੁਲਤਾਨਪੁਰ ਲੋਧੀ ਦੇ ਵਿੱਚ ਕਾਲੀ ਮੈਂ ਤੋਂ ਡੋਬੀ ਮਾਰਦੇ ਹੋਏ ਜਿੱਥੇ ਗੁਰੂ ਸਾਹਿਬ ਨੇ ਬਾਹਰ ਆ ਕੇ ਵਚਨ ਕੀਤੇ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਕਹਿਣ ਦਾ ਭਾਵ ਇਹ ਕਿ ਜੋ ਮਨੁੱਖ ਹੈ ਉਹ ਕਿਸੇ ਧਰਮ 'ਚ ਜਾਤ ਪਾਤ 'ਚ ਨਹੀਂ ਹੈ ਉਹ ਰੱਬ ਦਾ ਬੰਦਾ ਹੈ ਔਰ ਉਹ ਇੱਕ ਓਂਕਾਰ ਦੇ ਅਧੀਨ ਉਹ ਆਪਣਾ ਜੀਵਨ ਬਤੀਤ ਕਰਦਾ ਵਿਚੋਲਾ ਕੋਈ ਨਹੀਂ ਰੱਬ ਅਤੇ ਬੰਦੇ ਨੂੰ ਆਪਸ 'ਚ ਮੇਲ ਕਰਦਿਆਂ ਹੋਇਆਂ ਸੰਗਤ 'ਚ ਜੋੜਿਆ ਅਤੇ ਉਸ ਸਮੇਂ ਕਿਹੜਾ ਕੋਈ ਵਟਸਐਪ ਹੁੰਦਾ ਸੀਗਾ
उन्होंने जिहड़ियां सख्त उदासियां लिखियां चाहे वह उत्तर तो दक्षण ताईं चाहे आसाम तो मक्का ताईं उन्होंने अपने इस सोच विचारधारा इन्ना प्रफुल्लित किया कि जब समा आया करतारपुर साहब उन्होंने अपनी उत्तम खेती लगन करके ये भी दसिया कि कोई इस दुनिया के साधु के रूप से नहीं बस सकता ग्रस्त जीवन के उन्होंने अपने घर भी पालने हैं बच्चे भी पालने हैं अपने मापिया की भी संभाल करनी है कमाई भी करनी है वो दान करके समाज भी चलाना है हरेक पक्षों गुरु साहब ने सानू सिखां दे रूप दे विच खड़ा किया समय आए थे उन्होंने अपने सपूत नूं नहीं हो हुक्म किया कि तुसी गुरगद्दी ते बैठो उन्होंने भाई लहना नूं अपना अंग दा मन के उन्होंने सानू दूजी गुरगद्दी बख्शी जिहड़ी उसी सोच नूं अगे लैके किथे गई देखो जिथे पंजाबी दी बोल शेख बाबा फरीद महाराज ने सानू इत्थे सधारण भाषा दे विच रब नूं जोड़िया उत्थे गुरु अंगद साहब ने सानू गुरमुखी का लेख ते लिपि सानू बख्शी क्योंकि साडा सानू एक विवेकदान जिहड़ी अरदासा करदे हैं साडे गुरु साहिबाना ने एक पढ़ी लिखी कौम खड़ी करन नूं उहनां दी सोच सी ते जिथे कला नाम सिमरन आपां कहिंदे हैं राह है उत्थे दूजे पातशाही ने जिवें पहले पातशाही ने उदासियां करके शरीर कैड़ा करके खेती करके एक सख्त जीवन बतीत किया गुरु साहब ने सानू अखाड़ा जिथे आपां अज भी खडूर साहब जाते हैं उस अखाड़े च भी सानू अपनी हिम्मत वरतण नूं उन्होंने सुझा दिते तोरिया क्योंकि कला आपां नाम सिमरन नाल नहीं पर अपनी शरीर की संभाल ते अज दे दिन ते जब सडेंटरी लाइफ स्टाइल है ये बड़े सोचने वाली गल है क्योंकि मेरे वर्गे पोले शरीर वर्गे जिहड़े बैठे बैठे डायबिटीज़ अपना लेंदे हैं वो फिर अपने घर च भी बोझ बनते हैं उन्होंने दवाइया भी खानिया पैदा उन्होंने शरीर भी डाउन हो जाता है वह होरां संभालण की थां अपने आप संभाल अपने बच्चों तो अपने घर मंगते हैं पर आपता नहीं बनाना आपू एक चलता कौम का हिस्सा बना जिन्हें योगदान पाना है सो सानू सेहत संभाल वास्ते भी गुरु घर ने सानू हुक्म किया यही गुरु घर ने सानू जिहड़े लंगर की सानू एक बहुत वड्डी संस्था दित्ती है जब इको वाटे तो थोनू मैनू प्रशादे मिलते हैं साडे भैणा नूं मिलते हैं माइयां नूं मिलते हैं फिर मैनू दसो लिंग का ते जात पात का उत्थे की फर्क रह जाता है जिहड़े पहाड़ी राजिआं ने दसम पिता तो वखरे लंगर ते मर्यादा सोची सी वो हस के उन्होंने मोड़ती कि यह काम नहीं हो सकता असी इको रब दे इको बंदे इको बाटे तो वंड के छकते हैं साध संगत जी जिथे अपने गुरु अंगद साहब महाराज ने सानू एडा वड्डा ज्ञान बख्शिया उत्थे जाके गुरु अमरदास महाराज ने जिथे गोदवाल साहब से गुरगद्दी बसाई उत्थे जाके गुरु रामदास साहब महाराज ने रामदास सरोवर सानू बख्शिया जब असी उस सरोवर से इशनान करते हैं पिंडे डुबाते हैं फिर मैं दसो ऊंच नीच कित्थे थोड़े विच रह गया उही पानी से तुसी डोबी मारते हो लिंग कित्थे रह गया बीबियां नूं भी उसी सरोवर से इशनान करन दा हुक्म मिलिया हैगा साध संगत जी ये जिहड़ी बहुत गांहबदू सोच उस समय दी सी इसने समाज विच इन्ना सुधार लैके आया कि वह समाज एकजुट हो गया जुड़न लग पिया वह समाज अपने आप की होंद समझ लग पिया और वह होंद नूं देखदिआं होइआं जिहड़ी दुनियावी हुकूमत उदों मुगल सरकार दी सी उन्हें सियाण दिया होया इस गल नूं साडे पंचम पिता जिन्हां दी मिठी बाणी साडे गुरु ग्रंथ साहिब दे विच सुशोभित हैगी है जिन्हां दा प्यार सानूं दिखदा है जिन्हां दा सानूं बाणी रोज़ सानूं याद आउंदी है उन्हां नूं निशाना बना के लाहौर के दरबार ने तत्तियां तवियां ते बिठाया उन्हां दी सोच की सी कि जुल्म करके अत्याचार करके असी जे गुरु साहब नूं तब्दील करते हैं वह अपना धर्म छड्डदे हैं वह अपने गल्लां तों पिछे बचन आउंदे हैगे हैं तां असी सारी उभरती सोच नूं रद्द खत्म कर देंगे साडे सामने ये सोच खड़ नहीं सकूगी पर जिहड़ी शहादत पंचम पिता की सी उहदे नतीजे होर निकले जिथे छेवें पातशाह ने मीरी पीरी का हुक्म सानू बख्शिया उन्होंने फिर अपनी संगत नूं कहा
कि जे थानू मुगल हुकूमत घोड़िया ते नहीं चढ़न दिंदी तुसी मेरे अकाल तख्त ते घोड़िया ते चढ़ के आना है, जे थानू अपने श्री साहब नहीं रखन दिंदी फिर तुसी श्री साहब फड़ के लैके आने हैगे हैं और तुसी अपनी होंद बरकरार रखनी है। ये कभी गल नहीं है कि नाम सिमरन अधीन असी अपना जीवन बतीत करना हैगा, असी रब नू भी मानना है, रब नू भी चेत लाउणी है, नाम सिमरन भी करना है, पर दुनियावी रूप दे विच जिहड़ियां साडे उत्ते जबर हुंदे हैं उहनां नू भी सियाणना हैगा और मीरी पीरी दे दो सानू झूठ दे निशान बख्शे। साध संगत जी जंगां लड़दे लड़दे कपूरथले ताईं उहनां ने सिक्खी नू उस राह ते तोरिया जिहड़ी दुनियावी रूप दे विच जुल्म है उहनू खत्म करने वास्ते उन्होंने अपनी एक कौम खड़ी की और जिथे छेवें पातशाह ने अपने अकाल तख्त साहब पूरे कीरतपुर साहब बसाए जिथे उथे उन्होंने अकाल तख्त साहब बसाए अपने गुरु हर राय साहब महाराज ने उथे जिहड़ा जानवर जीव जंतु के प्रति उन्होंने काम किया जिन्हों असी अज सियाणदे हैगे हैं कि सिखां नूं अपने वातावरण नूं भी देखना ते संभालना चाहिए है। और जब मत्तेवाड़े दे विच साडियां नदियां दे विच प्रदूषण पाउण वास्ते इंडस्ट्री खड़ी होई उहदी कोई सानूं सफाई दिखी नहीं, उहदी नीयत खराब लगी कि बन्ने उह सतलुज दरिया दे जिथे उन्हां ने अपने ग्राउंड वाटर दी पोल्यूशन करनी है, प्रदूषण नदी 'च सुट्टना है जिहड़ा लुधियाणे 'च साडा प्रदूषण हो रहा उहदे विच वाधा होना है, साडे जीव जंतु साडे दृख साडे उत्थे होर जिहड़े जीव जंतु वसदे आ उहनां दे उत्ते असर पैणा है ते सिख कौम उत्थे भी खड़ के उस माड़ी सोच नूं उहदा मुकाबला करदी रही है और इह भी सानूं सिखलाई गुरु साहिबानां दी दित्ती है। कोविड दा समां साडे उत्ते आया है उहदे विच गुरु हरकृष्ण महाराज साहब जिन्हां ने दिल्ली 'च जा के छोटी उम्र 'च अज आप याद करते हैं कि रैड क्रॉस एक संस्था हैगी है जिहड़ी मरीजां दे पक्ष दे विच उह खड़दी है, पर उह छोटी उम्र च गुरु हरकृष्ण साहब महाराज ने सानू उह कार्यकारी करके दिखाई जिहड़ी अज सानू याद आउंदी है कि जिहड़े मरीज है जिहड़े रोग दे शिकार दे विच फसे होए हैं उहनां नू भी अपने देख रेख दा हुक्म साडे गुरु हरकृष्ण साहब महाराज ने उत्थे सानू करके दिखाया भावें आप छोटी उम्र च ज्योति जोत हो गए। मनुखता दे पक्ष दे विच जिहड़ी ह्यूमन राइट्स की अज गल चलती है उहदी मिसाल नौवें पातशाह जिहड़े उस धर्म दे पक्ष दे विच मुगल हुकूमत दे सामने खड़े होए जिथे दिल्ली लाल किले दे विच उहनां ने जाके अपनी धर्म की गल कश्मीर तो आए पंडतों के पक्ष की गल उन्होंने उत्थे उस मौलवियों नूं उस मुगल हुकूमत नूं सुनाई और कहा कि तुसी गलत राह ते चले हो, जिहड़ा तुसी धर्म तब्दील जबर राही कर रहे हो ये गलत राह हैगा और तुसी इन्हां दे हक्कां दे उत्ते काबज हो रहे हो। उत्थे सीस उस मौलवी ने लाल किले तो फतवा दिता कि गुरु साहब का सीस वढ़िया जाए। साध संगत जी गुरु तेग बहादुर साहब गुरु हरगोबिंद पातशाह के सपूत जिहड़े अपना नाम उत्थे कपूरथले की जंगा दे विच लड़ के तेग बहादुर का खिताब कमा के उन्होंने जाके सामने मुगल हुकूमत दे नहीं झुकिया जिवें उन्होंने दादा जी गुरु अर्जन साहब महाराज ने अपना कदी सीस नहीं झुकाया। उसी सोच अधीन उन्होंने गुरसिखी मनुखी अधिकारां दे नाल जोड़ी और वो अपना सीस उत्थे जद वढ़िया गया दसम पिता साहिब कमाल बारे की आपां कह सकदे हैगे आ जिहड़े दसम पिता ने अपने पिता का सीस स्वीकार करके आनंदपुर साहब की धरती ते मुड़ के जाके अपने दो सपूत चमकौर साहब दो सपूत फतेहगढ़ साहब माता गुजरी जी उत्थे अपने शहीद होए उन्हां सारा कुछ सह के उन्होंने कहा जीवित हैं हजारों जिहड़ियां अपनियां अज दस्तारां सजियां होईयां ਉਹ ਇਹ ਗੁਰਸਿੱਖੀ ਨੇ ਉਸ ਸਮੇਂ ਦੇ ਵਿੱਚ ਸਾਡੇ ਸਿਰ ਦੇ ਉੱਤੇ ਰੱਖੀਆਂ ਉਹ ਹੌਸਲਾ ਅਤੇ ਚੜ੍ਹਦੀ ਕਲਾ ਸਰਬੰਸ ਦਾਨੀ ਜਿਹਦੇ ਅਖੀਰ 'ਚ ਪਿੱਠ 'ਚ ਚੁਰਾ ਵੱਜਿਆ ਉਹਨਾਂ ਨੇ ਸਾਡੇ ਕੌਮ ਨੂੰ ਕਦੀ ਢੈਂਦੀ ਕਲਾ ਵੱਲ ਜਾਣ ਹੀ ਨਹੀਂ ਦਿੱਤਾ ਸਭ ਕੁਛ ਗਵਾ ਕੇ ਤਾਂ ਵੀ ਚੜ੍ਹਦੀ ਕਲਾ ਦਿਖਾਈ ਇਹ ਸਾਡੇ ਗੁਰੂ ਸਾਹਿਬਾਨਾਂ ਦੀ ਬਹੁਤ ਵੱਡੀ ਦੇਣ ਹੈ ਜਿਸ ਦੇ ਵਾਰਿਸ ਅੱਜ ਗੁਰੂ ਗ੍ਰੰਥ ਸਾਹਿਬ ਹਨ
जिन्हां दी देखरेख अज श्रोमणी गुरद्वारा प्रबंधक कमेटी करती है। साध संगत जी, ये गुरसिक्खी उत्थे खड़ी नहीं, बाबा बंदा सिंह बहादुर ने वो जिहड़ी माड़ी घटना की सी सरहंद दी इट नाल इट खड़का के पहला खालसा राज स्थापित किया, जिहदे विच सानू जिमीदारां नू अपने जमीना वाहुण दा हक मिलिया। और उन्हां दा भी नतीजा अखीर च यही रहा कि जद फड़े गए उन्हां नू फड़ के अपने सपुत्र अजय सिंह दा हिरदा मूँह च तुन के उन्हां नू तसियां नाल उन्हां नू मार वढ के उन्हां नू खत्म किया गया। सिक्खी उस समय दे विच खिंड गई, उस समय दे विच साडे उदासी निर्मले भरा दे कुटियां दे विच गुरु ग्रंथ साहब वसनीक हो गए। और उस समय तो बाद हौली हौली सिख जंगलों तो निकलते हुए मिसलां च आए। सार भगेत सिंह किन्नू नहीं याद, 30,000 फौज लैके दिल्ली नूं फतेह करन वाला, थां थां गुरु के घर स्थापित करन वाला सार भगेत सिंह ने मुड़ जिहड़े उस जबत अधीन फसे हुए सी उस सारे धर्मां नूं साह लैण दी दिल्ली दे विच आग्या दवाई। जिस दिल्ली दे विच 1984 च साडा कतलेआम होया, जबर होया, और जिस लाल किले दे विचों लंघदे होए खालसे निशान तुरदे होए, और जिस निशान साहब नूं अज ये देश ने कहा हैगा कि ये साडा अपमान होया कि ये साडा झंडा साडा निशान साहब लाल किले दे उत्ते अज तुरिया हैगा, किड्डी अजीब गल इतिहास तो वांझी अज सानूं सुणन ते आउंदी हैगी है। साध संगत जी, जिथे महाराजा रणजीत सिंह का राज वो मिसलां चो निकल के सानू दित्या, उहदे विच मंत्री हिंदू मंत्री मुसलमान फौजां सरेक कौम दियां उत्थे उन्होंने सारे पंजाब कश्मीर अफगानिस्तान अपना राज खड़ा किया, जिस अधीन बराबरता सानू बख्शी, गरीब नू देखिया गया। और ये सिक्खी उदों खुश हुई जद बरतानिया ने अपनियां फौजां जिहड़ी पूर्वे अपने फौजां नू इकट्ठा करके जिहदे विच बीबी जींद तो भी जिन्हें माफ करना जींद तो नहीं राणी झांसी तो उहदी भी फौज बुंदेलखंड लीजन उहदे विच मिल के सिखां दे उत्ते हमला करके महाराजा रणजीत सिंह दा राज खत्म करदी है। ते साध संगत जी, उदों सिखां ने बरतानिया दी गुलामी उहदे थले अपना समां बतीत किया, और वह बतीत करते हुए जब हुकूमत का जिहड़ी धर्म सी वह सोच उभरी, वह सोच ने काबज कर पिया, वह जिवें आपां कहने हैं राज बिना ना धर्म चले हैं चले हैं, धर्म बिना सब धले मने हैं। राज किहदा सी? बरतानिया का सी। ते लोग उस धर्म दे विच तब्दील होण ते उस राज नूं देख के उस समय दे विच एक काम चलिया जिहदे विच सिंह सभा लहर ने जागरूक साडी कौम नूं कीता। उन्हां ने अपनी थां तो वक्ख उन्हां ने अपनी थां आ जिहड़ी ईसाई धर्म है उस तो वक्ख खड़ी कीती। जिस समय दे विच ज्ञानी दित सिंह एक गरीब घर तो जम्मिया होया उठ के अपने गुरु की लड़ फड़दा है, उन्हां ने जाके ये अपना मिशन बना लिया कि मैं वो गुरसिक्खी नूं मुड़ अपने गुरुआं दे असूलां अधीन तोरना हैगा। सिंह सभा लहर च तुरदियां होया प्रोफेसर गुरमुख सिंह नाल जाके उन्होंने अपनी खालसा अखबार स्थापित करके गुरसिखां नूं प्रेरित शुरू करना कीता कि थोड़ी इतिहास तुसी किस चीज़ के वारस हो, उहदे पिछे तुसी खड़े हो। साध संगत जी, वो सोच उभरती हुई जिहड़ियां मौके दियां हुकूमतां सी उन्हां नूं भी चुभियां, जिहड़े अपने आप नूं गुरगद्दी दे मालक समझदे सी, जिहड़े अपने आप नूं राज भाग दे हिस्सेदार समझदे सीगे, ओह हुकूमतां ने ज्ञानी दित सिंह दे उत्ते बहुत वड्डे केस भी कीते। उन्हां दे गरीब घर दे उत्ते उन्हां ने एक आर्थिकता दा वार कीता जिहदे अधीन उन्हां दी आर्थिकता इन्नी खराब करती कि ओह घरे मजबूर हुंदे सीगे, उन्हां नूं अपने बच्चे पालने औखे हो जांदे सी। इस संघर्ष लड़दियां होईयां ज्ञानी दित सिंह ने ओह गुरु दी सोच गहां तोरी रखी और संघर्ष बिल्कुल सिरे तई ला के गए। हुण इह सिंह सभा लहर दीआं प्राप्तियां तुसीं सुणो। जद सारा आर्य समाज कोशिश कर रहा सीगा कि असीं आजादी लईए बरतानिया तों, साडी सिंह सभा लहर ने उहनां दिनां दे विच ननकाणा साहब दा
ਜਿਹੜਾ ਗੁਰੂ ਘਰ ਸੀ ਮਰੇਣੋ ਮੱਤ ਅਧੀਨ ਉਹ ਰੱਖਿਆ ਹੋਇਆ ਸੀ, ਜਿਹੜੇ ਗੁਰੂ ਘਰ ਦੇ ਵਿੱਚ ਜਾ ਕੇ ਨਾਚ ਹੁੰਦੇ ਸੀ, ਸ਼ਰਾਬਾਂ ਵੰਡੀਆਂ ਜਾਂਦੀਆਂ ਸੀ, ਜੂਏ ਚੱਲਦੇ ਸੀ, ਉੱਥੇ ਜਾ ਕੇ ਭਵਿੱਖਬਾਣੀ ਦੇ ਪੰਡਿਤ ਬੈਠੇ ਹੁੰਦੇ ਸੀਗੇ, ਜਿਹੜੀ ਗੁਰਸਿੱਖੀ ਦੇ ਵਰਤਲਾ ਸੋਚ ਹੈ ਉਹ ਗੁਰੂ ਘਰ ਨੂੰ ਆਜ਼ਾਦ ਕਰਨ ਵਾਸਤੇ ਜਥੇ ਤਿਆਰ ਹੋਏ। ਰਾਤ ਨੂੰ 250-250 ਬੰਦਾ ਜਾਪ ਕਰਦਾ ਹੋਇਆ 10 ਵਜੇ ਤੁਰਿਆ, ਸਵੇਰੇ 6 ਵਜੇ ਨਨਕਾਣਾ ਸਾਹਿਬ ਪਹੁੰਚੇ। ਨਨਕਾਣਾ ਸਾਹਿਬ ਪਹੁੰਚਦਿਆਂ ਸਰ ਉਹਨਾਂ ਨੇ ਸਿੱਧਾ ਜਾ ਕੇ ਉਸ ਸਮੇਂ ਫੈਸਲਾ ਕਰ ਲਿਆ ਸੀ ਸਿੰਘ ਸਭਾ ਲਹਿਰ ਨੇ ਕਿ ਜੇ ਅਸੀਂ ਸਿੱਧੀ ਲੜਾਈ ਲੜਦੇ ਹਾਂ, ਹਥਿਆਰਬੰਦ ਲੜਾਈ ਲੜਦੇ ਹਾਂ, ਕਬਜ਼ੇ ਕਰਦੇ ਹਾਂ ਤਾਂ ਜਿੱਥੇ ਮਹੰਤ ਹੈ ਉਹਦੇ ਮਗਰ ਬਰਤਾਨੀਆ ਦੀ ਫੌਜ ਖੜੀ ਹੋ ਜੂਗੀ ਤੇ ਸਾਡੇ ਕੋਲ ਇੰਨੇ ਸਾਧਨ ਨਹੀਂ ਹੈਗੇ ਕਿ ਅਸੀਂ ਬਰਤਾਨੀਆ ਦੀ ਫੌਜ ਨਾਲ ਸਿੱਧੀ ਲੜਾਈ ਲੜ ਸਕੀਏ। ਉਹਨਾਂ ਨੇ ਇਹ ਪ੍ਰਣ ਕੀਤਾ ਕਿ ਅਸੀਂ ਗੁਰੂ ਦਾ ਜਾਪ ਕਰਦਿਆਂ ਹੋਇਆਂ ਅੱਗੇ ਵਧਾਂਗੇ, ਉੱਥੇ ਆਪਣੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਕੇ ਅਸੀਂ ਗੁਰੂ ਸਾਹਿਬ ਦੇ ਆਲੇ ਦੁਆਲੇ ਹੋਵਾਂਗੇ, ਚਾਹੇ ਜੋ ਮਰਜ਼ੀ ਹੋ ਜਾਏ। ਇਹੀ ਜਦ ਉਹਨਾਂ ਨੇ ਪ੍ਰਾਪਤੀ ਸਵੇਰੇ 6 ਵਜੇ ਕੀਤੀ, ਉਸ ਸਮੇਂ ਤੁਸੀਂ ਦੇਖੋ ਨਿਰੈਣੂ ਮਹੰਤ ਜਿੰਨੇ 400 ਤੋਂ ਉੱਤੇ ਉੱਥੇ ਡਕੈਤ ਮਾੜੇ ਅੰਸਰ ਇਕੱਠੇ ਕੀਤੇ ਹੋਏ ਸੀਗੇ, ਉਹਨਾਂ ਨੂੰ ਬਰਛਿਆਂ ਨਾਲ ਸਾਡੇ ਸਿੰਘਾਂ ਦੇ ਉੱਤੇ ਬਿਲਕੁਲ ਹਮਲਾ ਕਰਾਤਾ। ਉਸ ਹਮਲੇ ਦੇ ਵਿੱਚ ਸਾਡੇ ਸਿੰਘਾਂ ਨੇ ਬਿਲਕੁਲ ਨਾ ਹਥਿਆਰਬੰਦ ਹੁੰਦੇ ਹੋਏ ਜਾਪ ਕਰਦੇ ਹੋਏ 200 ਲਾਸ਼ਾਂ ਸਾਡੇ ਸਿੰਘਾਂ ਦੀਆਂ ਵੱਟਤੀਆਂ। ਇਹ ਨਨਕਾਣਾ ਸਾਹਿਬ ਦਾ ਵਾਕਾ ਐਡਾ ਭੈੜਾ ਸੀ, ਉਹ 200 ਲਾਸ਼ਾਂ ਚੱਕ ਕੇ ਉਹਨਾਂ ਨੇ ਲੱਕੜਾਂ ਤੇ ਸੁੱਟ ਕੇ ਮਿੱਟੀ ਦਾ ਤੇਲ ਪਾ ਕੇ ਫੂਕਤੀਆਂ ਔਰ ਉਹਦੇ ਉੱਤੇ ਕੋਈ ਕੇਸ ਵੀ ਨਹੀਂ ਚੱਲੇ। ਸਾਧ ਸੰਗਤ ਜੀ ਜਦ ਇਹ ਵਾਕਾ ਬਦਲਿਆ ਉੱਥੇ ਦੇ DC ਨੇ ਜਾ ਕੇ ਬਿਆਨ ਕੀਤਾ ਕਿ ਹੁਣ ਸਿੱਖ ਨਾ ਆਉਣ, ਪਰ 2000 ਸਿੰਘ ਉਸ ਸਮੇਂ ਵੀ ਉੱਠ ਕੇ ਆਪਣੀ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਨ ਵਾਸਤੇ ਤੁਰ ਪਏ। ਮਿਲਟਰੀ ਉੱਥੇ ਲਾਤੀ ਔਰ ਸਾਨੂੰ ਦੱਸਿਆ ਗਿਆ ਕਿ ਤੁਹਾਨੂੰ ਅਸੀਂ ਵੱਢ ਦੇਣਾ ਜੇ ਤੁਸੀਂ ਅੱਗੇ ਆਏ। ਉਹ ਜਥੇ ਅੱਗੇ 2000 ਤੇ 2000 ਅੱਗੇ ਵੱਧਦੇ ਗਏ ਔਰ ਉੱਥੇ ਨਰੈਣੂ ਮੰਤ ਮੋਖ ਕਰ ਗਿਆ। ਉੱਥੇ ਬਰਤਾਨੀਆ ਦੀ ਸਰਕਾਰ ਉਹ ਵੀ ਡਰ ਗਈ, ਉਹਨਾਂ ਨੇ ਕਿਹਾ ਕਿ ਇਹ ਸੋਚ ਜਿਹੜੀ ਹੈਗੀ ਹੈ ਪਿੰਡਾਂ ਦੀ ਹੈ, ਪਿੰਡਾਂ ਵਾਲਿਆਂ ਤੋਂ ਸੱਟ ਅਸੀਂ ਨਹੀਂ ਸੰਭਾਲ ਸਕਦੇ, ਸ਼ਹਿਰੀਆਂ ਨੂੰ ਅਸੀਂ ਕਾਬੂ ਕਰ ਸਕਦੇ ਹਾਂ, ਸਾਨੂੰ ਕਾਂਗਰਸ ਤੋਂ ਕੋਈ ਫਿਕਰ ਨਹੀਂ ਹੈਗਾ, ਪਰ ਜੇ ਇਹ ਸੋਚ ਇਨਕਲਾਬ ਦੀ ਪਿੰਡਾਂ ਵਿੱਚ ਵੜ ਗਈ ਸਾਡੇ ਤੋਂ ਸੰਭਾਲਣੀ ਹੋਣੀ। ਉਹਨਾਂ ਨੇ ਵੀ ਜਥੇ ਨੂੰ ਸਿਰੇ ਜਾਣ ਦਿੱਤਾ ਤੇ ਨਨਕਾਣਾ ਸਾਹਿਬ ਕਬਜ਼ੇ ਕਰਕੇ ਪਹਿਲੀ ਜਿੱਤ ਸਾਡੇ ਕੌਮ ਨੇ ਆਪਣੇ ਗੁਰੂ ਘਰ ਆਪਣੇ ਹੱਥਾਂ ਲੈਣ ਦੇ ਵਿੱਚ ਪ੍ਰਾਪਤ ਕੀਤੀ। ਇਹ ਜਿਹੜੀ ਜਿੱਤ ਸੀਗੀ ਇਹਨੂੰ ਵੇਖਦਿਆਂ ਜਿਹੜੇ ਉਸ ਸਮੇਂ ਦੇ ਆਜ਼ਾਦੀ ਘੁਲਾਟੀ ਸੀਗੇ ਉਹ ਵੀ ਆ ਕੇ ਇਹਦੀਆਂ ਸਿਫਤਾਂ ਕਰਨ। ਜਿਹੜਾ ਮੋਹਨਦਾਸ ਕਰਮਚੰਦ ਗਾਂਧੀ ਸੀ ਉਹ ਆ ਕੇ ਉੱਥੇ ਨਨਕਾਣਾ ਸਾਹਿਬ ਬਿਆਨ ਕਰਦਾ, ਕਹਿੰਦਾ ਕਿ ਇਹ ਜਿਹੜਾ ਤੁਸੀਂ ਕੰਮ ਕੀਤਾ ਇਹ ਭਾਰਤ ਦੀ ਆਜ਼ਾਦੀ ਦੀ ਸਭ ਤੋਂ ਪਹਿਲੀ ਲੜਾਈ ਤੁਸੀਂ ਜਿੱਤੀ ਹੈਗੀ ਹੈ। ਔਰ ਉਹਨੇ ਫਿਰ ਸਾਨੂੰ ਕਿਹਾ, ਕਹਿੰਦਾ ਸਿੱਖੋ ਤੁਸੀਂ ਗੁਰੂ ਘਰ ਆਜ਼ਾਦ ਕਰਨ ਵਾਸਤੇ ਇਹ ਗਲਤੀ ਕਰ ਰਹੇ ਹੋ, ਇਹਨੂੰ ਭੁੱਲ ਜਾਓ, ਤੁਸੀਂ ਦੇਸ਼ ਦੀ ਆਜ਼ਾਦੀ ਦੀ ਲੜਾਈ ਲੜੋ। ਜੇ ਦੇਸ਼ ਆਜ਼ਾਦ ਹੋ ਗਿਆ ਤਾਂ ਫਿਰ ਆਪਣੇ ਆਪ ਗੁਰੂ ਘਰ ਆਜ਼ਾਦ ਹੋ ਜਾਣਗੇ। ਉਸ ਮੌਕੇ ਤੇ ਜਿਹੜੇ ਜ਼ਿਲ੍ਹੇ ਤੋਂ ਮੇਰਾ ਪਰਿਵਾਰ ਹੈਗਾ ਸ਼ੇਖੂਪੁਰੇ ਤੋਂ, ਸਾਡੇ ਕਰਤਾਰ ਸਿੰਘ ਜੀ ਝੱਬਰ ਉੱਥੇ ਬੈਠੇ ਸੀਗੇ, ਉਹਨਾਂ ਨੇ ਖੜ ਕੇ ਕਿਹਾ, ਕਹਿੰਦਾ ਗਾਂਧੀ ਜੀ ਗੱਲ ਤਾਂ ਏਦਾਂ ਹੈ, ਅੱਜ ਜਿਹੜੇ ਮਹੰਤ ਹੈ ਉਹ ਹਿੰਦੂ ਹੈ, ਹਿੰਦੂ ਧਰਮ ਦੀ ਰੀਤ ਰਿਵਾਜ ਸਾਡੇ ਗੁਰੂ ਘਰਾਂ 'ਚ ਲਾਉਂਦੇ ਹੈ ਔਰ ਅਸੀਂ ਜਦ ਮੋਰਚੇ ਲਾਉਂਦੇ ਹਾਂ ਗੁਰੂ ਘਰਾਂ ਦੇ ਵੱਲ ਵੱਧਦੇ ਹਾਂ ਉਹ ਜਦ ਛੱਡਦੇ ਹੈਗੇ ਹੈ, ਸਰਕਾਰ ਸਾਡੇ ਸਾਹਮਣੇ ਖੜਦੀ ਨਹੀਂ ਹੈ, ਉਹ ਸਰਕਾਰ ਉਹਨਾਂ ਨੂੰ ਕੋਈ ਫਰਕ ਨਹੀਂ ਅੱਜ ਕੌਣ ਉਹ ਗੁਰੂ ਘਰ ਦੇ ਉੱਤੇ ਕਾਬਜ ਹੈ। ਪਰ ਜਿੱਦਣ ਆਜ਼ਾਦੀ ਮਿਲ ਗਈ ਉਦਣ ਜਿਹੜੀ ਬਹੁਮਤ ਹੈ, ਜਿਹੜੀ ਮੁਖਤਾਰ ਹੈ ਹਿੰਦੂ ਧਰਮ, ਉਦੋਂ ਸਾਨੂੰ ਸਾਡੇ ਗੁਰੂ ਘਰਾਂ ਨੂੰ ਆਜ਼ਾਦ ਨਹੀਂ ਕਰਨ ਦੇਊਗੀ, ਕਿਉਂਕਿ ਮਹੰਤ ਦੇ ਮਗਰ ਉਹ ਜ਼ਰੂਰ ਖੜੂਗੀ। ਸਾਧ ਸੰਗਤ ਜੀ ਇਹ ਉਦੋਂ ਕਰਤਾਰ ਸਿੰਘ ਝੱਬਰ ਨੇ ਸ਼ੇਖੂਪੁਰੇ ਦੇ ਨੇ ਉੱਥੇ ਗਾਂਧੀ ਦੇ ਮੂੰਹ ਤੇ ਕਹਿਤਾ ਸੀਗਾ। ਔਰ ਸਾਧ ਸੰਗਤ ਜੀ ਇਹਦੇ ਨਤੀਜੇ ਤੁਸੀਂ ਦੇਖ ਵੀ ਸਕਦੇ ਹੋ, ਆਹ ਤੁਸੀਂ ਪੋਸਟਰ ਦੇਖ ਰਹੇ ਹੋ ਸਾਡੇ ਮਗਰ, ਅਸੀਂ ਗਿਆਨੀ ਦਿੱਤ ਸਿੰਘ ਜਿਨ੍ਹਾਂ ਨੇ ਇਹ ਸੋਚ ਨੂੰ ਉਭਾਰਿਆ ਤੇ ਤੋਰਿਆ ਉਹਨਾਂ ਨੂੰ ਯਾਦ ਕਰਦੇ ਹੈਗੇ ਹਾਂ। ਅਸੀਂ ਉਸ ਦ੍ਰਿਸ਼ ਨੂੰ ਵੀ ਦੇਖਦੇ ਹਾਂ ਕਿ ਜਦ ਦੇਸ਼ ਆਜ਼ਾਦ ਹੋ ਗਿਆ, ਮੁੱਖ ਧਾਰਾ ਦੀ ਸਰਕਾਰ ਬਣ ਗਈ, ਅਸੀਂ ਵਿਛੜ ਕੇ ਨਨਕਾਣਾ ਸਾਹਿਬ ਕਰਤਾਰਪੁਰ ਸਾਹਿਬ ਛੱਡ ਕੇ ਆ ਗਏ, ਪੰਜਾ ਸਾਹਿਬ ਛੱਡ ਕੇ ਆ ਗਏ, ਅਰਦਾਸਾਂ 'ਚ ਅਸੀਂ
ਲੇਲੜੀਆਂ ਕੱਢਦੇ ਆ ਕਿ ਸਾਡੇ ਵਿਛੜੀਆਂ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਹੋਣ ਪਰ ਅਸੀਂ ਤਾਂ ਉੱਥੋਂ ਉੱਜੜ ਕੇ ਆ ਗਏ ਹੁਣ ਅਸੀਂ ਉਧਰ ਨੂੰ ਦੇਖਦੇ ਆ ਪਰ ਉਹ ਪ੍ਰਾਪਤੀ ਇਹ ਦੇਸ਼ ਸਾਨੂੰ ਨਹੀਂ ਕਰਾ ਕੇ ਦੇ ਰਿਹਾ ਹੈਗਾ ਨਾ ਉਹਨਾਂ ਨਾਲ ਸਮਝੌਤੇ ਕਰ ਰਿਹਾ ਹੈ ਨਾ ਭਾਈਬੰਦੀ ਬਣਾਉਂਦਾ ਹੈ ਲੜਾਈਆਂ 'ਚ ਦੋਨਾਂ ਕੋਲੇ ਨਿਊਕਲੀਅਰ ਵੈਪਨ ਆ ਗਏ ਹੈ ਸਾਡੀ ਇੱਥੇ ਬਾਰਡਰ ਦੇ ਉੱਤੇ ਇਹ ਹਾਲਾਤ ਹੋਏ ਹੋਏ ਹੈ ਕਿ ਦੇਸ਼ ਆਪਸ ਦੇ ਵਿੱਚ ਵਿਤਕਰਾ ਰੱਖਦੇ ਹੈ ਤੇ ਸਾਡੇ ਗੁਰੂ ਘਰ ਉੱਧਰ ਵੀ ਵਾਂਝੇ ਹੈ ਤੇ ਇੱਥੇ ਹਾਲਾਤ ਜਿਵੇਂ ਤੁਸੀਂ ਦੇਖਦੇ ਹੋ 1984 ਦੇ ਸਾਡੇ ਗੁਰੂ ਘਰਾਂ ਦੇ ਉੱਤੇ ਗੋਲਾਬਾਰੀ ਕਰਕੇ ਸਾਡੇ ਉੱਥੇ ਕਤਲੇਆਮ ਕਰਕੇ ਬੀਬੀਆਂ ਦਰਸ਼ਨ ਕਰਨ ਆਈਆਂ ਪੰਚਮ ਪਿਤਾ ਦੀ ਸ਼ਹਾਦਤ ਦੇ ਦਿਹਾੜੇ ਬੱਚੇ ਉੱਥੇ ਖੜੇ ਹੋਏ ਸਾਡੇ ਦਿੱਲੀ ਦੇ ਵਿੱਚ ਟਾਇਰ ਪਾ ਕੇ ਸਾਰਦੇ ਕਿਉਂ ਕਿਉਂਕਿ ਅਸੀਂ ਸਿੱਖ ਅੱਜ ਕਹਾਉਂਦੇ ਹਾਂ ਉਹ ਗੁਰੂ ਕੇ ਸਿੱਖ ਜਿਨ੍ਹਾਂ ਨੇ ਆਜ਼ਾਦੀਆਂ ਲੈ ਕੇ ਸਾਰੇ ਮਨੁੱਖਤਾ ਦੇ ਪੱਖ 'ਚ ਕੰਮ ਕੀਤਾ ਸਾਧ ਸੰਗਤ ਜੀ ਇਹ ਹਾਲਾਤ ਅੱਜ ਸਾਡੇ ਬਣੇ ਹੋਏ ਹਨ ਕਿ ਸਾਡੀ ਗੁਰਸਿੱਖੀ ਦੇ ਉੱਤੇ ਐਡੇ ਵੱਡੇ ਤੱਬੇ ਲੱਗ ਗਏ ਹੈਗੇ ਹੈ ਸਾਨੂੰ ਤਾਂ ਜੇ ਗੁਰਸਿੱਖ ਕਹਿੰਦੇ ਹੈ ਨਾਲ ਦੀ ਨਾਲ ਅਖਬਾਰਾਂ ਸਾਨੂੰ ਰੈਡੀਕਲ ਲਿਖ ਦਿੰਦੀਆਂ ਜਿਹੜੇ ਸਾਡੇ ਪਾਰਟ 3 ਕੌਨਸਟੀਟਿਊਸ਼ਨ ਦੇ ਵਿੱਚ ਸਾਨੂੰ ਸਾਡੀਆਂ ਰਾਈਟਸ ਤੇ ਫਰੀਡਮਸ ਮਿਲੀਆਂ ਹੈਗੀਆਂ ਉਹ ਸਿੱਖਾਂ ਦੇ ਉੱਤੇ ਨਹੀਂ ਲਾਗੂ ਹੁੰਦੀਆਂ ਘੱਟ ਗਿਣਤੀਆਂ ਤੇ ਲਾਗੂ ਨਹੀਂ ਹੁੰਦੀਆਂ ਉਹ ਸਾਡੇ ਉੱਤੇ ਐਸ ਪਰ ਲਾਅ ਜਿਹੜਾ ਕਹਿੰਦੇ ਹੈਗੇ ਆ ਵੱਖ ਵੱਖ ਕਾਨੂੰਨ ਕਦੀ ਡਿਸਟਰਬਡ ਏਰੀਆ ਐਕਟ ਕਦੀ ਆਰਮ ਫੋਰਸਿਸ ਸਪੈਸ਼ਲ ਪ੍ਰੋਟੈਕਸ਼ਨ ਐਕਟ ਕਦੀ ਹੋਰ ਟਾਡਾ ਹੋਰ ਯੂਆਪਾ ਸਾਡੇ ਉੱਤੇ ਲਾ ਕੇ ਅੱਜ ਇਸ ਦੇਸ਼ ਦੇ ਵਿੱਚ ਸਾਨੂੰ ਉਹ ਮਨੁੱਖਤਾ ਦੀ ਜਿਹੜੀ ਖੁੱਲ ਗੁਰੂਆਂ ਨੇ ਦਿੱਤੀ ਸੀਗੀ ਉਸ ਤੋਂ ਵਾਂਝਾ ਕਰਕੇ ਸਾਡੇ ਉੱਤੇ ਅਤਿਆਚਾਰ ਹੁੰਦਾ ਹੈਗਾ ਸਾਧ ਸੰਗਤ ਜੀ ਜਿੱਥੇ ਸਰੀਰਕ ਤੌਰ ਤੇ ਅਤਿਆਚਾਰ ਹੋ ਰਿਹਾ ਅੱਜ ਗੱਲ ਚੱਲਦੀ ਹੈ ਕਿ ਧਰਮ ਤਬਦੀਲੀਆਂ ਹੋ ਰਹੀਆਂ ਧਰਮ ਤਬਦੀਲੀ ਮੈਂ ਤੁਹਾਨੂੰ ਦੱਸਦਾ ਕਦੋਂ ਹੋਈ ਜਦ 1984 'ਚ ਖੁੱਲ ਦਿੱਤੀ ਕਿ ਸਿੱਖਾਂ ਨੂੰ ਵੱਢੋ ਮਾਰੋ ਉਸ ਸਮੇਂ ਮਾਵਾਂ ਨੇ ਜਾ ਕੇ ਆਪਣੇ ਪੁੱਤਾਂ ਦੇ ਕੇਸ ਵੱਢ ਕੇ ਕਤਲ ਕਰਕੇ ਉਹਨਾਂ ਨੂੰ ਕਿਹਾ ਕਿ ਭਾਈ ਤੂੰ ਆਪਣੇ ਆਪ ਨੂੰ ਸਿੱਖ ਨਾ ਕਹੀ ਹੋਰ ਜੋ ਮਰਜ਼ੀ ਤੂੰ ਕਹਿ ਲੈ ਤਰ ਧਰਮ ਤਬਦੀਲੀ ਉਹ ਜਬਰ ਉਹ ਬੁੱਚੜਬਾਜ਼ੀ ਜਿਹੜੀ ਔਰੰਗਜ਼ੇਬ ਨੇ ਕੀਤੀ ਸੀ ਇਸ ਦੇਸ਼ ਦੇ ਵਿੱਚ ਅੱਜ ਵੀ ਸਾਡੇ ਉੱਤੇ ਹੋ ਰਹੀ ਹੈਗੀ ਹੈ ਸਾਧ ਸੰਗਤ ਜੀ ਇਹ ਜਿਹੜੀ ਸੋਚ ਹੁਣ ਗਾਹਾਂ ਵਧੀ ਹੈ ਜਿੱਥੇ ਸਰੀਰਕ ਤੌਰ ਤੇ ਸਾਨੂੰ ਖਤਮ ਕਰਦੀ ਹੈ ਉੱਥੇ ਤੁਸੀਂ ਦੇਖੋ ਸਿਧਾਂਤਕ ਤੌਰ ਤੇ ਕਿੱਡੇ ਵੱਡੇ ਸਾਡੇ ਉੱਤੇ ਹਮਲੇ ਹੋਏ ਹੈ ਜਿਹੜੀ ਸਭ ਤੋਂ ਪਹਿਲਾਂ ਇਸ ਏਸ਼ੀਆ ਦੇ ਵਿੱਚ ਜਿਹੜਾ ਸਿੱਖਾਂ ਨੇ ਪ੍ਰਾਪਤੀ ਕੀਤੀ ਪੰਜਾਬ ਲੈਜਿਸਲੇਟਿਵ ਕਾਉਂਸਲ ਦੇ ਵਿੱਚ ਉਹਨਾਂ ਨੇ ਸਿੱਖ ਗੁਰਦੁਆਰਾ ਐਕਟ 1921 ਦਾ ਪਾਸ ਕਰਾਇਆ ਉਹਦੇ ਅਧੀਨ ਆਪਣੇ ਗੁਰੂ ਘਰਾਂ ਦੀ ਸੰਭਾਲ ਆਪਣੇ ਹੱਥ ਲਿੱਤੀ ਉਹਦੇ ਉੱਤੇ ਜਦ ਐਕਟ ਬਣਿਆ 3 ਸਾਲ ਬਾਅਦ ਚੋਣ ਹੁੰਦੇ ਸੀ ਤਬਦੀਲ ਕਰਕੇ 5 ਸਾਲ ਤੇ ਚੋਣ ਰੱਖਦੇ ਪਹਿਲੀ SGPC ਬਣੀ ਸੀ ਉਹਦੇ ਵਿੱਚ ਮੈਂਬਰ ਮਲੇਸ਼ੀਆ ਕੈਨੀਆ ਹੋਰ ਮੁਲਕਾਂ ਤੋਂ ਵੀ ਸੀ ਅੱਜ ਸਿਰਫ ਤੇ ਸਿਰਫ ਇਸ ਦੇਸ਼ ਦੇ ਵਾਸੀਆਂ ਤੇ ਉਹ ਲਾਗੂ ਕਰਦੀ ਹੈਗੀ ਹੈ ਔਰ ਉਹ ਐਕਟ ਨੂੰ ਜਿੱਥੇ ਬਹਾਲ ਕਰਕੇ ਅੱਗੇ ਤੋਰਨਾ ਸੀ ਤੇ ਉਹ ਐਕਟ ਜਿਹੜੀ ਬਰਾਬਰਤਾ ਹਰੇਕ ਨੂੰ ਬਖਸ਼ਦਾ ਸੀਗਾ ਉਹੀ ਐਕਟ ਅਧੀਨ ਇਹਨਾਂ ਨੇ ਆਪਣੇ ਮੰਦਰਾਂ ਦੇ ਉੱਤੇ ਉਹ ਸਿੱਖ ਗੁਰਦੁਆਰਾ ਐਕਟ ਤੋਂ ਹਿੱਸੇ ਕੱਢ ਕੇ ਲਾਗੂ ਕੀਤੇ ਆ ਇਹਨਾਂ ਗਾਂਵਧੂ ਉਹ ਸੋਚ ਸੀਗੀ ਉਹ ਅੱਜ ਦੇਖੋ ਕਿਸ ਹਾਲਾਤ 'ਚ ਬੈਠਾ ਹੈ ਇੱਧਰ ਤੁਸੀਂ ਦ੍ਰਿਸ਼ ਦੇਖੋਗੇ ਜਿਹੜਾ ਇੰਡੀਅਨ ਪਾਰਲੀਮੈਂਟ ਹੈ ਇਹਦਾ ਸੰਵਿਧਾਨ ਪਾਸ ਹੋ ਕੇ 1952 ਦੇ ਵਿੱਚ ਪਹਿਲਾ ਇਹਦਾ ਚੋਣ ਹੋਇਆ ਸੀਗਾ ਉਦੋਂ ਤੱਕ ਕਈ ਚੋਣ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋ ਚੁੱਕੇ ਸੀਗੇ 1947 ਤੋਂ ਬਾਅਦ ਜਿੱਥੇ ਅੱਜ ਸਾਹਿਬ ਸਿਮਰਨਜੀਤ ਸਿੰਘ ਮਾਨ ਨੂੰ ਭਗਵੰਤ ਮਾਨ ਦੇ ਰਿਜ਼ਾਈਨ ਕੀਤੇ ਤੇ 3 ਮਹੀਨਿਆਂ ਦੇ ਅੰਦਰ ਇੱਕ ਇਲੈਕਸ਼ਨ ਰੱਖ ਕੇ ਉਹਨਾਂ ਨੂੰ ਪਾਰਲੀਮੈਂਟ ਵੀ ਭੇਜਤਾ ਹੈਗਾ 17ਵੀਂ ਪਾਰਲੀਮੈਂਟ ਦੇ ਵਿੱਚ ਭੇਜਤਾ ਹੈਗਾ ਤੁਹਾਡਾ SGPC ਦਾ ਨੁਮਾਇੰਦਾ ਮਰ ਜਾਏ ਤਾਂ ਮਰਿਆ ਹੋਇਆ ਰਹਿੰਦਾ ਹੈ ਤੁਹਾਡੇ ਗੁਰੂ ਘਰ ਦੇ ਵਿੱਚ ਉਹਦੀ ਨੁਮਾਇੰਦਗੀ ਖਾਨਾ ਪੂਰਤੀ ਕੋਈ ਨਹੀਂ ਕਰਾਉਂਦਾ ਹੈਗਾ ਚੋਣ ਹੀ ਨਹੀਂ ਕਰਾਉਂਦੇ ਹੈਗੇ ਤੇ ਜਿੱਥੇ ਆਹ ਜਿਹੜੀ SGPC ਦੀ ਚੋਣ ਹੋਣੀ ਹੈ ਉੱਧਰ 17 ਵਾਰੀ ਉਹਨਾਂ ਦਾ ਲੋਕ ਸਭਾ ਦਾ ਚੋਣ ਹੋ ਗਿਆ ਜਿਸ ਦਿਨ ਇੰਦਰਾ ਗਾਂਧੀ ਦੀ ਐਮਰਜੈਂਸੀ ਉਹਨਾਂ ਨੇ ਚੋਣ ਰੱਦ ਕੀਤੇ ਤੇ ਸਾਰਾ ਮੁਲਕ ਰੋਏ ਪਿੱਟੇ ਕਹਿੰਦੇ ਬੜਾ ਜ਼ੁਲਮ ਹੋ ਗਿਆ ਅੱਜ ਵੀ ਚੀਕਾਂ ਮਾਰਦੇ ਆ ਕਿ ਇੰਦਰਾ ਗਾਂਧੀ ਨੇ ਜ਼ੁਲਮ ਕੀਤਾ ਐਮਰਜੈਂਸੀ ਕਰਕੇ ਪਰ ਤੁਹਾਡੇ ਗੁਰੂ ਘਰਾਂ ਦੇ ਸਿਰਫ ਤੇ ਸਿਰਫ 8 ਵਾਰੀ ਚੋਣ ਹੋਏ ਆ ਅਸੀਂ ਜਮਹੂਰੀਅਤ ਕਿਉਂ ਚੁਣੀ ਹੈਗੀ ਹੈ ਜਮਹੂਰੀਅਤ ਸਾਡਾ ਹੱਕ ਕਿਉਂ ਸਿੰਘ ਸਭਾ ਨੇ ਸਾਨੂੰ ਦਿੱਤਾ ਜਮਹੂਰੀਅਤ ਇੱਕ ਇਹੋ ਜਿਹੀ ਸੰਸਥਾ ਹੈ ਜਿਹੜੀ ਆਪਸ ਦੇ ਵਿੱਚ ਮਤਦਾਨ ਰਾਹੀਂ ਸਾਨੂੰ ਇੱਕ ਇਹੋ ਜਿਹਾ ਤਰੀਕਾ ਦਿੰਦੀ ਹੈ ਕਿ ਅਸੀਂ ਸ੍ਰੀ ਸਾਹਿਬ ਨਹੀਂ ਚੱਕਦੇ ਲੜਾਈਆਂ ਨਹੀਂ ਕਰਦੇ ਅਸੀਂ ਆਪਣੇ ਹੱਕ ਹਕੂਕ ਆਪਣੇ ਜ਼ੋਰ ਬਲ ਦੀ ਥਾਂ
मतदान लोगों की कर ले करके असी अपनी मैनेजमेंट करते हैं। ये फायदे की है, जिहड़ा हारदा भी है वह भी जित नूं कबूल करता है, जिहड़ा हारदा उहदे मन च आस हुंदी है कि ऐतकी नहीं तां अगली वारी सही, और एक कौम नूं बन के एक जोट करके ये साड़ी कौम नूं अगे वधन दिंदा है। पर साड़ी जमहूरीयत बिल्कुल भंग कीती हुई है। सुप्रीम कोर्ट ऑफ इंडिया वख-वख केसां दे विच अपने वचन करदा है, भारत किसमंद भारती दे विच इंडियन यूनियन ऑफ सिविल लिबर्टीज दा जिहड़ा केस है उहदे विच उह बयान करदा है, कहिंदा है कि डेमोक्रेसी इज द बेसिक स्ट्रक्चर ऑफ इंडिया, भारत दा नीहां जमहूरीयत हन, एंड द बेसिक स्ट्रक्चर ऑफ डेमोक्रेसी इज इलेक्शन, फ्री एंड फेयर इलेक्शन, के जिहड़ी जमहूरीयत है उहदियां नीहां मतदान चोण उहदियां नीहां, सो नीहां दियां नीहां जिहड़ियां हैगियां ਉਹ ਚੋਣ ਹੈਗੇ ਆ। ਸੋ ਅੱਜ ਤੁਸੀਂ ਆਪਣੇ ਸਾਹਮਣੇ ਸਬੂਤ ਦੇਖ ਸਕਦੇ ਹੋ, 11 ਸਾਲ ਤੁਹਾਡੇ ਚੋਣ ਨਹੀਂ ਕੀਤੇ, ਇਹ ਦੇਸ਼ ਤੁਹਾਡੀਆਂ ਨੀਹਾਂ ਦੀਆਂ ਨੀਹਾਂ ਗੁਰੂ ਘਰ ਦੀਆਂ ਉਹਨਾਂ ਨੂੰ ਖੁਰਦਪੁਰ ਤੇ ਖਤਮ ਕਰ ਰਿਹਾ ਹੈਗਾ। ਹਾਲਾਤ ਕੀ ਬਣਦੇ ਜਾ ਰਹੇ ਹੈਗੇ ਆ ਤੁਸੀਂ ਦੇਖੋ, ਉਹੀ ਜਿਹੜੀ ਪਾਰਟੀ SGPC ਤੇ ਕਾਬਜ਼ ਹੈ ਬਰਗਾੜੀ ਦੇ ਵਿੱਚ, ਉਹਨਾਂ ਨੇ ਸਾਡੇ ਉੱਤੇ ਉਹ ਇੱਕ ਜ਼ਾਲਮ BJP ਰਾਹੀਂ ਇਹੋ ਜਿਹੇ ਹਮਲੇ ਕਰਾਏ। ਕਿਉਂ? ਕਿਉਂਕਿ ਉੱਥੇ ਸਿੱਖ ਇਕੱਠੇ ਹੋਏ। ਸਿੱਖ ਕਿਸ ਵਾਸਤੇ ਇਕੱਠੇ ਹੋਏ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਸਾੜ ਕੇ ਗੰਦੀਆਂ ਨਾਲੀਆਂ 'ਚ ਸੁੱਟੇ, ਅਤੇ ਉਹਨਾਂ ਨੇ ਉਹੀ ਸਿੰਘ ਸਭਾ ਲਹਿਰ ਨੂੰ ਆਪ ਮੂਹਰੇ ਰੱਖ ਕੇ ਸ਼ਾਂਤਮਈ ਰੂਪ ਦੇ ਵਿੱਚ ਇਕੱਠ ਕੀਤੇ, ਪ੍ਰੋਟੈਸਟ ਕੀਤੇ, ਅਤੇ ਉਹੀ ਡਾਇਰ ਦੀ ਰੂਹ ਇਹ DGP ਸੁਮੇਧ ਸੈਣੀ ਆ ਉਮਰਾ ਨੰਗਲ ਉਹ ਉੱਥੇ ਜਾ ਜਿਹੜਾ SP ਸੀਗਾ ਹੋਮ ਮਿਨਿਸਟਰ ਚੀਫ ਮਿਨਿਸਟਰ ਨੇ ਗੋਲੀਆਂ ਮਾਰਨ ਦਾ ਉਹਨਾਂ ਨੂੰ ਹੁਕਮ ਦਿੱਤਾ, ਗੋਲੀਆਂ ਮਾਰੀਆਂ, ਬੇਅੰਤ ਫੁੱਟੜ ਕੀਤੇ, 2 ਸਿੰਘ ਸ਼ਹੀਦ ਕੀਤੇ, ਔਰ ਜਿਹੜੀਆਂ ਗੋਲੀਆਂ ਇਕੱਠੀਆਂ ਕਰਕੇ ਫੋਰੈਂਸਿਕਸ ਵਾਸਤੇ ਉਹਨਾਂ ਨੇ ਲੈਬੋਰਟਰੀ 'ਚ ਲੈ ਕੇ ਜਾਣੀਆਂ ਸੀ ਫੋਰਟਿਸ ਹਸਪਤਾਲ ਦੇ ਵਿੱਚ, ਉਹਦੀ ਜਿਹੜੀ ਨਾਲੀ ਦੀ ਉਹਦੀ ਫਿੰਗਰਪ੍ਰਿੰਟ ਜੀ ਬਣ ਜਾਂਦੀ ਹੈ ਉਹ ਝਰੀਟਾਂ ਮਾਰ ਕੇ ਖਤਮ ਕਰਤੀ ਕਿ ਪਤਾ ਹੀ ਨਾ ਲੱਗ ਸਕੇ ਕਿ ਕਿੰਨੇ ਗੋਲੀ ਮਾਰੀ ਹੈ। ਇਸ ਸਰਕਾਰ ਨੇ ਆਪਣੇ ਆਪ ਨੂੰ ਬਚਾਉਣ ਵਾਸਤੇ ਕੰਮ ਕੀਤਾ ਹੈਗਾ। ਸਾਧ ਸੰਗਤ ਜੀ ਉੱਥੇ ਤੁਸੀਂ ਦੇਖੋ ਸਾਡੇ ਨਾਲ ਕੀ ਬੀਤਿਆ, ਫਿਰ ਤੁਸੀਂ ਦੇਖੋ 1984 ਦਾ ਕੋਈ ਇਨਸਾਫ ਨਹੀਂ, ਹੋਂਦ ਚੱਲਣ ਸਾਨੂੰ ਮਾਰ ਕੇ ਰੱਖਦਾ। ਕਸ਼ਮੀਰ ਚ TC ਸਿੰਘਪੁਰਾ ਦੇ ਵਿੱਚ ਮੈਡਲਿਨ ਆਲਬ੍ਰਾਈਟ ਕਹਿੰਦੀ ਹੈ ਕਿ ਭਾਰਤ ਦੀਆਂ ਏਜੰਸੀਆਂ ਨੇ ਸਿੱਖਾਂ ਨੂੰ ਮਰਵਾਇਆ, ਔਰ ਸਾਧ ਸੰਗਤ ਜੀ ਹੱਦ ਤਾਂ ਇੱਥੇ ਆ ਜਾਂਦੀ ਹੈ ਜਦ SGPC ਦੇ ਜਿਹੜੇ ਆਪਾਂ ਚੁਣ ਕੇ 11 ਸਾਲ ਭੇਜੇ ਹੈ ਉਹਨਾਂ ਦੀਆਂ ਕਰਤੂਤਾਂ ਸੁਣੀਏ, ਮਨ ਉਬਾਲਾ ਮਾਰਦਾ ਹੈਗਾ। ਜਿੱਥੇ ਸੱਚੇ ਸਾਧ ਦੇ ਉੱਤੇ ਬਹੁਤ ਇੱਕ ਬਲਾਤਕਾਰ ਇੱਕ ਖੂਨੀ ਉਹਦੇ ਉੱਤੇ ਕੇਸ ਪਾ ਕੇ ਉਹਨੂੰ ਜੁਰਮਾਨੇ ਵੀ ਹੋ ਗਏ ਹੈ, ਉਹਨੂੰ ਮਾਫ਼ੀਨਾਮੇ ਦਿੱਤੇ SGPC ਦੇ ਮੁਖੀਆਂ ਨੇ, ਅਕਾਲ ਤਖ਼ਤ ਦੇ ਜਥੇਦਾਰ ਨੇ ਮਾਫ਼ੀਨਾਮਾ ਦੇ ਕੇ 90 ਤੋਂ 95 ਲੱਖ ਰੁਪਈਆ ਉਹਦੀ ਮਾਫ਼ੀਨਾਮੇ ਮੰਨਣ ਵਾਸਤੇ ਸਾਡੇ ਪੇਪਰਾਂ ਦੇ ਵਿੱਚ ਉਹਨਾਂ ਨੇ ਪੈਸਾ ਖਰਚ ਕਰਤਾ। ਸਾਧ ਸੰਗਤ ਜੀ ਤੁਸੀਂ ਦੇਖੋ ਜਿੱਥੇ ਖਾਲਸਾ ਅਖ਼ਬਾਰ ਯਾਨੀ ਦਿੱਤ ਸਿੰਘ ਨੇ ਤੋੜੀ ਸੀ, ਅੱਜ ਤੁਹਾਡੀ ਗੁਰਬਾਣੀ ਤੁਹਾਡੀ ਜਿਹੜੇ ਕੀਰਤਨ ਦਰਬਾਰ ਦਰਬਾਰ ਸਾਹਿਬ ਦੇ ਵਿੱਚ ਹੁੰਦੇ ਹੈ ਉਹਦਾ ਪ੍ਰਸਾਰ SGPC ਆਪਣੇ ਚੈਨਲ ਤੇ ਨਹੀਂ ਕਰਦੀ ਹੈਗੀ। ਤੁਸੀਂ ਈਸਾਈਆਂ ਦਾ ਚੈਨਲ ਦੇਖ ਲਓਗੇ, ਹਿੰਦੂ ਭਰਾਵਾਂ ਦਾ ਚੈਨਲ ਦੇਖ ਲਓਗੇ, ਪਰ SGPC ਕੋਲੇ ਕੋਈ ਚੈਨਲ ਨਹੀਂ, ਕਿਉਂਕਿ PTC ਚੈਨਲ ਉਹਦੇ ਉੱਤੇ ਕਾਬਜ਼ ਹੈ। ਜਿਉਂ ਹਰੇਕ ਗੁਰਸਿੱਖ ਦਰਬਾਰ ਸਾਹਿਬ ਦੇ ਕੀਰਤਨ ਤੇ ਹੁਕਮਨਾਮੇ ਨੂੰ ਸੁਣਨ ਨੂੰ ਉਤਾਵਲਾ ਹੁੰਦਾ ਹੈ, ਦਰਸ਼ਕ ਜੁੜਦੇ ਹੈ, ਇਹਨਾਂ ਨੇ ਐਡਵਰਟਾਈਜ਼ਮੈਂਟ ਦੇ ਰੇਟ ਉੱਤੇ ਕਰਕੇ ਆਪਣੇ ਜੇਬਾਂ 'ਚ ਪੈਸੇ ਪਾਏ ਹੋਏ ਹੈ, ਮਹੰਤ ਇਸ ਤੋਂ ਘੱਟ ਕੀ ਕਰਦੇ ਹੁੰਦੇ ਸੀਗੇ। ਤੇ ਜਿਹੜੇ ਲਫਾਫੇ 'ਚੋਂ ਜਥੇਦਾਰ ਨਿਕਲਦੇ ਹੈ 328 ਸਰੂਪ ਉਸ ਸਮੇਂ ਪਤਾ ਲੱਗਿਆ ਜਦ ਅੱਗ ਲੱਗੀ, ਇਹਨਾਂ ਨੇ ਖੁਰਦ-ਬੁਰਦ ਕਰਦੇ ਛਾਪ ਕੇ ਉੱਥੇ ਕਿਸੇ ਹੋਰ ਨੂੰ ਫੜਾਏ, ਛੋਟੇ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲਾ ਕੇ ਇਹਨਾਂ ਨੇ ਉੱਥੇ ਕਹਿਤਾ ਕਿ ਸਾਰਾ ਮਸਲਾ ਹੱਲ ਹੋ ਗਿਆ, ਉਹ ਛੋਟੇ ਮੁਲਾਜ਼ਮ ਅਸੀਂ ਕੇਸ ਲੜ ਰਹੇ ਹਾਂ ਉਹ ਲਿਖ ਕੇ ਦੇ ਰਹੇ ਹੈਗੇ ਹੈ ਕਿ ਸਾਨੂੰ 77 ਤੇ ਬਿਨਾਂ ਅਸੀਂ ਕਿਵੇਂ ਦੇ ਸਕਦੇ ਸੀਗੇ, ਸਾਡੀ ਚੈਕਿੰਗ ਹੁੰਦੀ ਸੀਗੀ ਉਹਦੇ ਵਿੱਚ, ਜੇ 77 ਮਿਲੀ ਭੁਗਤਣਾ ਹੁੰਦਾ ਤਾਂ ਅਸੀਂ ਕਿਵੇਂ ਅੱਗੇ 5 ਸਾਲਾਂ ਵਾਸਤੇ ਕੰਮ ਕਰ ਸਕਦੇ ਸੀਗੇ। ਜਿਹੜੀ ਉੱਥੇ ਛਾਪ ਹੁੰਦੀ ਹੈ